मनप्रीत की करी जानी है? कुछ नहीं आकाश, बस मैं साफ सफाई जी करती सी। पानी लेके आवां थोड़े लिए? कोई नहीं, पानी तो पी लांगे। यार मैं चाचे ने गल करके आया सीगा, चाचे ने दस्या सी वी भूआ कहंदी सी वी मिल आई मैनू आके दिवाली ते। कोई लोड़ नहीं आकाश, नहीं जाना। क्यों? मैं थोनू दसनी सी अज एक गल। मैं तो ना उलझन ताणी च फसी पई आ वी की सच आ ते की झूठ। की गल हो गई? पता जदों तुसी खेत गए सी इदों बाद मम्मी नाल मेरी गल हुई ते मम्मी ने मैनू सारी गल दसी। ਕਹਿੰਦੇ ਅਸੀਂ ਤੇਰੀ ਭੂਆ ਨਾਲ ਤਾਂ ਨਹੀਂ ਵਰਤਦੇ ਸੀ, ਜੋ ਕੁਛ ਭੂਆ ਨੇ ਕੀਤਾ ਉਹ ਤੁਹਾਨੂੰ ਪਤਾ ਹੀ ਨਹੀਂ ਹੈਗਾ। ਉਹ ਕਮਾਲ ਕਰਦੀਆਂ ਤੂੰ, ਮੇਰੀ ਗੱਲ ਸੁਣ ਲਾ। ਆ ਬੇਬੇ ਤੇ ਬਲਾ ਯਕੀਨ ਨਾ ਕਰ, ਉਹ ਬੇਬੇ ਨੇ ਤਾਂ ਆਪਾਂ ਨੂੰ ਭਰਮਾਂ ਚ ਪਾਇਆ ਸੀਗਾ, ਕਿੰਨਾ ਕੁਛ ਸਿਖਾਇਆ ਸੀ ਭੂਆ ਦੇ ਬਾਰੇ, ਸੁਣ ਕੇ ਨਹੀਂ ਆਈ ਉੱਥੇ ਗੱਲਾਂ ਤੂੰ? ਕਾਸ਼ ਉਹ ਤਾਂ ਨਾਰਮਲ ਗੱਲਾਂ ਸੀ, ਜਿਹੜੀ ਅੱਜ ਗੱਲ ਦੱਸੀ ਉਹ ਤਾਂ ਸੁਣ ਲਓ। ਉਹ ਮੈਂ ਨਹੀਂ ਸੁਣਨਾ ਕੁਛ, ਮੈਨੂੰ ਸਾਰਾ ਕੁਛ ਪਤਾ ਹੀ ਹੈ, ਠੀਕ ਹੈ ਨਾ? ਤੂੰ ਐਵੇਂ ਨਾ ਬੇਬੇ ਤੇ ਬਲਾ ਯਕੀਨ ਕਰਿਆ ਕਰ, ਤੈਨੂੰ ਮੇਰੇ ਤੇ ਯਕੀਨ ਨਹੀਂਗਾ। ਹਾਂ ਤੁਹਾਨੂੰ ਬੇਬੇ ਨੇੜੇ ਆ ਕਿ ਭੂਆ ਨੇੜੇ ਆ, ਜਦੋਂ ਮੈਂ ਕਹੀ ਜਾਂਦੀ ਆ ਵੀ ਮੇਰੀ ਗੱਲ ਸੁਣ ਲਓ। ਉਹ ਮੈਨੂੰ ਕੋਈ ਨਹੀਂ, ਮੈਨੂੰ ਸਾਰੇ ਬਰਾਬਰ ਆ, ਠੀਕ ਹੈ ਨਾ? ਤੂੰ ਐਂ ਵੀ ਦੇਖ, ਉਹ ਭੂਆ ਵਿਚਾਰੀ ਇਕੱਲੀ ਆ, ਆਪਾਂ ਤਾਂ ਆਪਣੇ ਪਰਿਵਾਰ 'ਚ ਬੈਠੇ ਆ, ਜੇ ਆਪਾਂ ਉਹਨਾਂ ਨਾਲ ਵਰਤਾਂਗੇ ਹੋਰ ਕੌਣ ਵਰਤੂਗਾ? ਇਕੱਲੀ ਨਾ, ਉਹਦੀ ਵਜ੍ਹਾ ਨਾਲ ਹੋਈ ਆ। ਕੀ ਵਜ੍ਹਾ ਗਈ? ਐਵੇਂ ਮਾਰੀ ਜਾਂਦੀ ਆ ਤੂੰ, ਤੈਨੂੰ ਬੇਬੇ ਨੇ ਐਵੇਂ ਕੋਈ ਪੁੱਠੀ ਸਿੱਧੀ ਬਣਾ ਦੀ ਹੋਣੀ ਆ। ਪੁੱਠੀ ਸਿੱਧੀ ਦੀ ਗੱਲ ਨਹੀਂ ਹੈਗੀ, ਮੰਮੀ ਨੇ ਮੈਨੂੰ ਇਹ ਦੱਸਿਆ ਵੀ ਭੂਆ ਨੇ ਨਾ ਫੁੱਫੜ ਨੂੰ ਆਪ ਜਾਨੋਂ ਮਾਰਤਾ। ਆਹੋ, ਹੋਰ ਕੁਛ? ਮੈਨੂੰ ਨਹੀਂ ਹੈਗਾ ਯਕੀਨ ਇਸ ਗੱਲ ਤੇ। ਤੇ ਡੈਡੀ ਦੀ ਮੌਤ ਦੀ ਜ਼ਿੰਮੇਵਾਰ ਵੀ ਭੂਆ ਹੀ ਆ। ਯਾਰ ਡੈਡੀ ਦੀ ਮੌਤ ਦੀ ਜ਼ਿੰਮੇਵਾਰ ਭੂਆ ਕਿਵੇਂ ਹੋਗੀ? ਸ਼ੂਗਰ ਸੀ ਡੈਡੀ ਨੂੰ, ਸ਼ੂਗਰ ਨਾਲ ਮਰਿਆ ਡੈਡੀ। ਜਦੋਂ ਭੂਆ ਨੇ ਆਪਦੇ ਘਰ ਵਾਲੇ ਨੂੰ ਮਾਰਤਾ, ਉਹ ਇੱਥੇ ਆਪਦੇ ਭਰਾ ਦੀ ਨਹੀਂ ਬਣ ਸਕੀ, ਉੱਥੇ ਆਪਦੇ ਘਰ ਵਾਲੇ ਦੀ ਨਹੀਂ ਬਣ ਸਕੀ, ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਡੈਡੀ ਨੂੰ। ਯਾਰ ਤੇਰੇ ਦਿਮਾਗ 'ਚ ਕੀ ਮਿੱਟੀ ਭਰੀ ਆ, ਤੜਕੇ ਤਾਂ ਤੂੰ ਭੂਆ ਦੇ ਵੱਲ ਦੀ ਹੋਈ ਬੜੀ ਸੀ ਤੇ ਹੁਣ ਤੂੰ ਮਾਂ ਵੱਲ ਦੀ ਹੋਈ ਖੜੀ ਆ। ਹਾਂ ਮੈਂ ਭੂਆ ਵੱਲ ਦੀ ਸੀਗੀ ਪਰ ਹੁਣ ਨਹੀਂ ਹੈਗੀ, ਜਦੋਂ ਮੈਨੂੰ ਪਤਾ ਹੀ ਨਹੀਂ ਸੀ ਵੀ ਸੱਚ ਕੀ ਹੈ। ਉੱਥੇ ਬਸ ਭੂਆ ਦੇ ਹੰਝੂ ਦੇਖੇ, ਮੈਂ ਉਹਨਾਂ 'ਤੇ ਯਕੀਨ ਕਰ ਬੈਠੀ ਜਿਹੜੀ ਅੱਜ ਅਸਲੀਅਤ ਦੱਸੀ ਆ। ਸੱਚੀ ਗੱਲ ਤਾਂ ਫਿਰ ਇਹੀ ਆ ਨਾ। ਉਹ ਯਾਰ ਇਹ ਕੋਈ ਸੱਚ ਸੋਚ ਨਹੀਂ ਹੈਗਾ, ਤੂੰ ਗੱਲ ਨੂੰ ਸਮਝ। ਉਹ ਬੇਬੇ ਨੇ ਤੈਨੂੰ ਐਵੇਂ ਝੂਠ ਨੂੰ ਨਾ ਸੱਚ ਬਣਾ ਕੇ ਦਿਖਾਤਾ, ਆ ਗੱਲ ਦੇ ਹੱਥ ਮਾਰ ਮਾੜਾ ਜਿਹਾ। ਪੜ੍ਹੀ ਲਿਖੀ ਆ ਤੂੰ? ਪੜ੍ਹੀ ਲਿਖੀ ਤਾਂ ਹੈਗੀ ਆ ਮੈਂ ਕਾਸ਼, ਪਰ ਆਪਾਂ ਕਿਸੇ ਨੂੰ ਵੀ ਵੇਖ ਕੇ ਜੱਜ ਨਹੀਂ ਕਰ ਸਕਦੇ ਵੀ ਕਿਹੜਾ ਬੰਦਾ ਸਹੀ ਆ ਕਿਹੜਾ ਗਲਤ। ਯਾਰ ਮੈਨੂੰ ਤਾਂ ਤੁਸੀਂ ਸਾਰੇ ਟੱਬਰ ਨੇ ਨਾ ਪਾਗਲ ਕਰਕੇ ਰੱਖਤਾ। ਚੁੱਪ ਕਰ ਤੂੰ, ਇੱਕ ਮਿੰਟ ਬੈਠ। ਕੀ ਪਾਗਲ ਕਰਕੇ ਰੱਖਤਾ? ਮੇਰੀ ਗੱਲ ਸੁਣ, ਜਿਹੜੀ ਗੱਲ ਸੱਚ ਆ ਨਾ ਤੈਨੂੰ ਮੈਂ ਉਹੀ ਦੱਸੀ ਆ ਨਾ। ਭੂਆ ਆਪਣੀ ਜਮਾਂ 1 ਰੁਪਿਆ ਹੈਗੀ, ਉਹਦੇ ਵਿੱਚ ਕੋਈ ਇਹੋ ਜਿਹੀ ਏਰਫੇਰ ਨਹੀਂ। ਅੱਛਾ, ਆਪਣੀ ਮੰਮੀ? ਯਾਰ ਮੈਨੂੰ ਨਹੀਂ ਪਤਾ, ਮੈਂ ਉਦੋਂ ਨਿੱਕਾ ਸੀ, ਮੈਨੂੰ ਇਸ ਕਿਸੇ ਗੱਲ ਦਾ ਨਹੀਂ ਪਤਾ, ਪਰ ਮੈਨੂੰ ਮੇਰੀ ਭੂਆ ਤੇ ਪਤਾ, ਉਹ ਇਹੋ ਜਿਹਾ ਨਿੱਕਾ, ਉਹਨਾਂ ਦੇ ਬਾਪੂ ਦਾ ਮਾੜਾ ਕਿਉਂ ਕਰੂਗੀ ਯਾਰ? ਉਹੀ ਤਾਂ ਤੁਹਾਨੂੰ ਮੈਂ ਸਮਝਾਉਂਦੀ ਹਾਂ, ਜਦੋਂ ਤੁਸੀਂ ਨਿੱਕੇ ਸੀ ਤੁਹਾਨੂੰ ਪਤਾ ਹੀ ਨਹੀਂਗਾ ਵੀ ਭੂਆ ਨੇ ਕੀ ਕੀਤਾ ਕੀ ਨਹੀਂ ਕੀਤਾ। ਮੈਨੂੰ ਨਹੀਂ ਯਕੀਨ ਹੈਗਾ। ਕਾਸ਼ ਮੇਰੀ ਨਾ ਤੁਸੀਂ ਪਹਿਲੀ ਤੇ ਆਖਰੀ ਗੱਲ ਸੁਣ ਲਓ ਵੀ ਭੂਆ ਕੋਲੇ ਨਹੀਂ ਜਾਣਾ ਤੇ ਨਹੀਂ ਜਾਣਾ। ਮੈਂ ਨਹੀਂ ਚਾਹੁੰਦੀ ਵੀ ਕੱਲ ਨੂੰ ਕੋਈ ਪਿੰਡ 'ਚੋਂ ਹੋਰ ਬੰਦਾ ਉੱਠ ਕੇ ਤੁਹਾਨੂੰ ਮਾੜਾ ਚੰਗਾ ਬੋਲੇ ਇੱਕ ਭੂਆ ਦੀ ਵਜ੍ਹਾ ਕਰਕੇ। ਹੁਣ ਤੂੰ ਮਾਂ ਦੇ ਪਿੱਛੇ ਲੱਗ ਕੇ ਮੈਨੂੰ ਭੂਆ ਦੇ ਨਾਲ ਵਰਤਣਾ ਸਿਖਾਏਂਗੀ ਹੈ ਕਿ ਮੈਂ ਵਰਤਣਾ ਕਿ ਨਹੀਂ ਵਰਤਣਾ? ਜੇ ਤੁਸੀਂ ਭੂਆ ਨਾਲ ਵਰਤਣਾ ਨਾ ਫਿਰ ਉਹਦੇ ਨਾਲ ਹੀ ਵਰਤਦੇ ਰਹਿ ਜਾਓਗੇ। ਕਮਾਲ ਆ ਯਾਰ ਤੇਰੀ, ਮੈਨੂੰ ਇਸ ਗੱਲ ਤੇ ਯਕੀਨ ਨਹੀਂ, ਪਰ ਜੇ ਮੈਂ ਤੈਨੂੰ ਸੱਚ ਸਾਹਮਣੇ ਲਿਆ ਦਾਂ ਫਿਰ ਮੰਨੇਗੀ ਮੈਨੂੰ? ਜਿੱਦੇ ਮੇਰੇ ਅੱਗੇ ਸੱਚ ਸਾਹਮਣੇ ਲੈ ਕੇ ਆ ਗਏ ਨਾ ਉਦੇ ਗੱਲ ਕਰਿਓ ਮੇਰੇ ਨਾਲ। ਕੋਈ ਨਾ, ਇਹ ਵੀ ਗੱਲ ਰਹੀ ਫਿਰ, ਅੱਜ ਹੀ ਸਹੀ। ਭੈਣੇ ਵੀਰੇ, ਤੂੰ ਹੋਰ ਦੱਸ ਵੀਰੇ, ਸਾਰੇ ਠੀਕ ਸੀ? ਤੂੰ ਦੱਸ ਠੀਕ ਆ? ਠੀਕ ਹੈ ਵੀਰੇ, ਬਸ ਤੁਹਾਨੂੰ ਵੇਖ ਕੇ ਬਸ ਮੈਂ ਠੀਕ ਆ। ਵੀਰੇ ਤੂੰ ਆਹ ਲਿਬੜਿਆ ਤੇ ਬੜਾ ਜਿਹਾ ਹੀ ਆ ਗਿਆ। ਬਸ ਭੈਣੇ ਮੈਂ ਕਿਹਾ ਚੱਲ ਤੇਰੇ ਕੋਲੇ ਦੀਵਾਲੀ ਤੇ ਪਹੁੰਚਾਂ ਇੱਕ ਵਾਰੀ ਨਾਲ। ਹੋਰ ਸਿਹਤ ਠੀਕ ਰਹਿੰਦੀ ਹੈ ਭੈਣੇ ਤੇਰੀ? ਠੀਕ ਹੈ ਵੀਰੇ, ਤੂੰ ਘਰੇ ਦੱਸ ਕੇ ਨਹੀਂ ਆਇਆ ਵੀਰੇ? ਤੈਨੂੰ ਪਤਾ ਤਾਂ ਹੈ ਭੈਣੇ ਘਰੇ ਕਿੱਥੇ ਆਉਣ ਦਿੰਦੇ ਆ ਤੈਨੂੰ ਵੀਰੇ, ਫਿਰ ਲੜਨ ਨਾ ਕਰੇਗਾ ਇਹਨੂੰ, ਦੇਖੀ ਜਾਊ ਭੈਣੇ। ਵੀਰੇ ਮੈਂ ਤਾਂ ਤੈਨੂੰ ਬਾਹਲਾ ਉਡੀਕਦੀ ਸੀ, ਮੈਂ ਲਾਡੀ ਨੂੰ ਵੀ ਸੁਨੇਹਾ ਲਾਇਆ, ਮੈਂ ਕਿਹਾ ਇੱਕ ਵਾਰੀ ਤੂੰ ਆਪਦੇ ਚਾਚੇ ਨੂੰ ਆਖੀ ਮੈਨੂੰ ਮਿਲ ਕੇ ਜਾਵੇ। ਹਾਂ ਮੈਨੂੰ ਉਹਨੇ ਦੱਸਿਆ ਜੀ ਭੈਣੇ, ਮੈਨੂੰ ਕਹਿੰਦਾ ਭੈਣ ਉਡੀਕਦੀ ਸੀ, ਫਿਰ ਮੈਂ ਥੋੜ੍ਹਾ ਰਿਹਾ ਨਹੀਂ ਗਿਆ।
देख ला भी लाडी का ब्याह भी कर लिया, देख ला मैनू जमा नहीं सद्या, मैनू तुसी इन्नी पराई करता भी मैं आपके पेके हुंदे सुंदे भी तरसदी सी सोनू मिलने करने को। मेरी तौक सौक सी जेड़ी कुछ निकल गई कुछ निकल जूगी, बस ओनू कुछ देखना चाहनी सी वीरे, मैं सोडा ही हसदा वसदा कर रही, मैं इना ही बहुत है। माफ कर दी भेने सानू भी, असि भी नहीं खरे उतर सके तेरे नाल, मेरे गल पाई गई, फिर मैं बहाना ला के आया, मैं राजपाल मंडी जाना ओनू पशु दबा के लिया, फिर मैं भूआ इन भैन दिवाली का फड़ा के अगे समान लेके इतना सीधा ही आ गया। मनप्रीत पुत मैं की गलती होगी जेडी तू गुस्से होगी, मैं दस दा भूआ तेन अज जो बेबे घरे आई ना, बेबे ने पता नहीं इनू की कहा की नहीं कहा, जो मैं चाचे को खेल गया ओदू बाद रवैया बदल गया, मेरी मां ने सिखाया कि भूआ तू फुफड़ नूं मारता ते मेरे प्यो नूं, लै देख ला इहदा यकीन करी बैठी है। हां पुत्ता एडा वड्डा इल्जाम लाता मेरे ते, नाले मैं आपदे घर वाले नूं क्यों मारूंगी, नाले मैं आपदे भरा नूं क्यों मारूं, पहली गल मेरा कोई बैर सी पुत मेरे भरा नाल, नाले साडी छोटे छोटे हुंदिआं दी मां मर गई सी ते मेरे प्यो ने सानूं मां बन के तिन्ना भैण भरावां नूं पालिआ सी, साडा तां मोह प्यार ही इन्ना सी वी कोई साडे विच चौथा बंदा आ नहीं सी सकदा, पर पता नहीं पुत क्यों हुण ज्यों ज्यों असीं वड्डे हुंदे गए ज्यों ज्यों साडे रिश्ते त्रेड़ आउंदी गई। भूआ मैनूं तां इह गल्लां दा पता हैगा, पर इह पता नहीं क्यों बेबे दा यकीन करी बैठी है, अज मैनूं तां ही नाल लै के आया कि इहनूं कल्ली कल्ली गल दा पता लगे, तूं ऐ कर मैनूं सारी गल दस वी गल की होई सीगी, वी कदों अपने घर दे विच पाड पिआ ते कदों चाचा वी पासे हो गिआ ते चाची वी इहो जिही आई कि इहनां दोनां ने इक दूजे नाल रिश्ता बणा के अपने घर नूं वख वख करता। नहीं लाडी मैं गईयां गवाईयां गल्लां नहीं छेड़दी हुण। ना भूआ अज तू दस क्योंकि साडा आपदे घर दे विच फर्क पै जूगा अज, ठीक है जो इहने गल्लां कीतीआं इह मैनूं कहिंदी ज्यादा तू भूआ नाल वरत ला ते जां फिर मेरे नाल, अज तैनूं सच दसणा पऊगा। भूआ वीरे तैनूं मेरे ते यकीन है वी मेरी भैण आई नहीं कर सकदी? कोई नहीं भैणे, जिहड़ा कुछ होया इहनां जवाकां नूं वी तां पता लगे वी गल खिंडी कित्थों सी। इह उस वेले दी गल है जदों मेरा प्यो मर गिआ ते मेरे प्यो दी जमीन साडे तिन्ने भैण भरावां दे नां हो गई। ना भैणे तू साता लिया भैण नूं, तेनू की लगता वह मन जूगी भी अपने नाम जमीन करा दे, वह तो आप घरों गरीब आ, वह क्यों देगी जमीन? लै मनू क्यों ना, जमीन हुण इहदे प्यो दी हैगी ते पुत्तां दे नां ही चढ़ूगी, वह जमीन दी की लगती हैगी? मैं ते तेरी गल ना सहमत हाँ, पर जे वह सहमत होगी फिर ही है ना, जे कि आप जी उन्होंने गल कही है उन्हें चक इन्हना दसती होर गुत नहीं पटावगा। आप तू ना बेफिक्र है, मैं आपे सारा कुछ कर लूगी, तू बड़ा फिक्र ना कर, कि होर ना आई तो इतने भांडा भन के धरती तू ना। मैं तो की कहना, वो आ गई। फिर ही जमा जी नहीं करता सची आने, बस एक तुसी फोन करता मैं करके मैं चल जा ਉਹ ਫੋਨ ਵੀ ਭੈਣੇ ਤੈਨੂੰ ਤਾਂ ਹੀ ਕੀਤਾ ਸੀਗਾ ਵੀ ਚੱਲ ਆਹ ਹੁਣ ਜਿਹੜੇ ਕਾਗਜ਼ ਪੱਤਰ ਜੇ ਸਾਰੇ ਸਹੀ ਹੋ ਜਾਣਗੇ ਹਾਂ ਤੂੰ ਆ ਜ਼ਮੀਨ ਜੇ ਦਾ ਕਰ ਜੇਗੀ ਤੇ ਜਿਹੜੇ ਇਹਨਾਂ ਦਾ ਹਿਸਾਬ ਕਿਤਾਬ ਫਿਰ ਇਹ ਆਪਦਾ ਨਿਬੇੜ ਲੈਣਗੇ ਦੋਨੇ ਭਰਾ। ਹੋਰ ਘਰੇ ਸਾਰੇ ਠੀਕ ਸੀ ਭੈਣੇ? ਸਾਰੇ ਵਧੀਆ ਨੇ,
ਕੋਈ ਨਹੀਂ ਜ਼ਮੀਨ ਤਾਂ ਸੁੱਟ ਗਈ ਆ ਮੈਂ ਕਿਹੜਾ ਜ਼ਮੀਨ ਦਾ ਉਹੀ ਗੱਲ ਵੀ ਕੋਈ ਹਿੱਸਾ ਲੈਣਾ ਅੱਜ ਕੀ ਸਵੇਰ ਕੀ ਕਰਾਉਣੀ ਕਰਾਉਣੀ ਚੱਲ ਜੇ ਤੁਹਾਡੀ ਭਾਈ ਹੁਣ ਰਹਿ ਆ ਤਾਂ ਮੈਂ ਹੁਣ ਉੱਠਾ ਲਾ ਜਾਂਦੀ ਹਾਂ ਫਿਰ ਭੈਣੇ ਆਏ ਆ ਨਾ ਜੇ ਕਰਵਾ ਦੇਂਗੀ ਤਾਂ ਬਾਲੀ ਵਧੀਆ ਗੱਲ ਆ ਮੁੜ ਕੇ ਤੈਨੂੰ ਪਤਾ ਗੱਲਾਂ ਵਿੱਚ ਹੀ ਰਹਿ ਜਾਂਦੀਆਂ ਹੁੰਦੀਆਂ ਜੇ ਤੂੰ ਕਰਾਉਣੀ ਹੁੰਦੀ ਤਾਂ ਇੰਨੇ ਦਿਨ ਟੱਪ ਗਏ ਤੇ ਤੂੰ ਕਰਾ ਹੀ ਜਾਂਦੀ ਮੇਰੇ ਤਾਂ ਮਨ ਚ ਇਹੋ ਜਿਹੀ ਕੋਈ ਗੱਲ ਨਹੀਂ ਸੀ ਦੇਖ ਲੈ ਹੁਣ ਬਾਪੂ ਦਾ ਕਰਕੇ ਮੇਰਾ ਤਾਂ ਦਿਮਾਗ ਹੀ ਖਰਾਬ ਹੋਇਆ ਪਿਆ ਕੁਛ ਨਹੀਂ ਚੰਗਾ ਲੱਗਦਾ ਮੈਨੂੰ ਜ਼ਮੀਨਾਂ ਕਿੱਥੇ ਸੋਚਦੀਆਂ ਨੇ ਨਾਲੇ ਹੁਣ ਆਇਆ ਉਹਨੇ ਤਾਂ ਜਾਣ ਵਾਲਾ ਤੁਰ ਗਿਆ ਹੁਣ ਤੇ ਫਿਰ ਆਪਾਂ ਪਿੱਛੇ ਹੁਣ ਆਏ ਥੋੜੀ ਬੈਠੇ ਰਹਾਂਗੇ ਆਪਦੀ ਵੀ ਕਬੀਲਦਾਰੀ ਤੋਰਨੀ ਹੈ ਸਾਰਿਆਂ ਨੇ ਚਲ ਉਹ ਤਾਂ ਤੁਹਾਡੀ ਗੱਲ ਠੀਕ ਹੈਗੀ ਨਾ ਤੇਰੇ ਭਰਾ ਨੂੰ ਇੰਨੀ ਕਿੰਨੀ ਕੁ ਜ਼ਮੀਨ ਆਉਂਦੀ ਆ ਆ ਜਿਹੜੇ 4 ਕਿੱਲੇ ਤੈਨੂੰ ਆਉਂਦੇ ਆ ਉਹੀ ਦੋ ਦੋ ਜੋ ਇਹਨਾਂ ਨੂੰ ਆਉਣਗੇ ਸਮਾਂ ਇਹਨਾਂ ਨੂੰ ਸੌਖਾ ਉਹੀ ਤਾਂ ਗੱਲ ਆ ਤੇਰੇ ਭਈ ਉਹੀ ਕੁੜੀ ਦੇ ਵਿਆਹ ਸ਼ਾਦੀ ਆਉਣਗੇ ਸਾਰਾ ਕੁਝ ਕਰਨਗੇ ਨਾਲ ਚੱਕ ਭਰਨਗੇ ਲੈ ਮੈਂ ਭਾਬੀ ਕਦੋਂ ਕਹਿਨੀ ਹੈਗੀ ਵੀ ਭਰਾਵਾਂ ਦੇ ਕੰਮ ਨਹੀਂ ਆਉਣਗੇ ਸੁੱਖ ਨਾ ਮੇਰੇ ਭਰਾਵਾਂ ਦੇ ਹੀ ਆ ਮੇਰੇ ਪਿਓ ਦੀ ਜ਼ਮੀਨ ਆ ਮੇਰੇ ਭਰਾਵਾਂ ਦੀ ਆ ਉਹ ਮੈਂ ਕੀ ਕਰਨੀ ਆ ਜ਼ਮੀਨ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਜਦੋਂ ਲਵਾਏਂਗੀ ਉਦੋਂ ਦੇਖੀ ਜਾਊਗੀ ਨਾ ਨਾ ਮੈਂ ਤਾਂ ਹੁਣ ਜ਼ਮੀਨ ਨਵਾਉਣੀ ਆਈ ਆ ਨਾ ਹੁਣ ਨਹੀਂ ਮਿਲਵਾਏ ਬਿਨਾ ਮੁੜਦੀ ਆ ਤੇਰੇ ਭਰਾ ਨਾਲ ਗੱਲ ਕੀਤੀ ਸੀ ਉਹ ਤਾਂ ਕਹਿੰਦਾ ਭੈਣ ਤੋਂ ਅਸੀਂ ਤਾਂ ਜ਼ਮੀਨ ਲੈਂਦੇ ਨਹੀਂ ਹੁਣ ਤਾਂ ਤੇਰੇ ਹੱਥ 'ਚ ਤੂੰ ਉਹਨਾਂ ਨੂੰ ਕਿਵੇਂ ਮਰਜ਼ੀ ਮਣਾ ਤੇ ਉਹਨਾਂ ਨੂੰ ਤੂੰ ਹੀ ਮਣਾ ਵੀ ਜ਼ਮੀਨ ਉਹ ਆਪਦੇ ਨਾਲ ਲਵਾ ਲੈਣ ਕੋਈ ਨਹੀਂ ਮੈਂ ਆਪੇ ਆਉਂਦੇ ਭਰਾਵਾਂ ਨੂੰ ਕਹਿ ਦੂੰਗੀ ਵੀ ਭਾਈ ਚਲੋ ਤਿਆਰ ਹੋ ਤੇ ਮੈਂ ਅੰਗੂਠਾ ਲਾਉਣੀ ਆ ਤੁਸੀਂ ਫਿਕਰ ਨਾ ਕਰੋ ਇਸ ਗੱਲ ਜੇ ਅਸੀਂ ਕਹਿੰਦੇਗਾ ਨਾ ਤਾਂ ਸਾਨੂੰ ਤਾਂ ਚਾਰੇ ਚੱਕ ਚੱਕ ਪੈਂਦੇ ਆ ਦੋਨੇ ਜਣੇ ਉਹ ਜਦੋਂ ਮੈਂ ਤੁਹਾਨੂੰ ਕਹਿ ਰਹੀ ਕਹਿਤਾ ਵੀ ਤੁਸੀਂ ਫਿਕਰ ਨਾ ਕਰੋ ਮੈਂ ਆਪੇ ਆਪਦੇ ਭਰਾਵਾਂ ਨੂੰ ਸਮਝਾ ਲੂੰਗੀ ਮੈਂ ਅੰਗੂਠਾ ਲਾਏ ਬਿਨਾ ਜਾਂਦੀ ਨਹੀਂ ਤਕੜੀਆਂ ਬਣੇ ਹਾਂ ਤਕੜੀਆਂ ਬਈ ਹੋਰ ਠੀਕ ਹੈ ਹੋਰ ਪੁੱਤ ਠੀਕ ਆ ਆਪਣੀ ਤੁਰੇ ਆ ਜਾ ਤੂੰ ਪੁੱਤ ਬਹਿ ਜਾਣ ਦੇ ਮਾਮੇ ਨੂੰ ਇੱਧਰ ਤੁਸੀਂ ਬਹਿ ਜਾਓ ਜੀ ਕੁਰਸੀ ਲਿਆਉਣਾ ਦੇਖ ਕੇ ਆ ਜਾ ਉਰੇ ਚੱਲ ਕੁੜੀ ਦਾ ਨਾ ਕਰੀ ਕੋਈ ਨਹੀਂ ਕੋਈ ਨਹੀਂ ਨਾਲੇ ਭਾਈ ਆ ਮੇਰੀ ਜਵਾਕੜੀ ਵੀ ਛੋਡੇ ਸਿਰ ਤੇ ਹੀ ਆ ਹੋਰ ਭੈਣੇ ਪਰਿਵਾਰ ਠੀਕ ਸੀ ਸਾਰੇ ਠੀਕ ਆ ਵਧੀਆ ਕਿਵੇਂ ਕਿਹੜਾ ਮਾਰਿਆ ਭੈਣੇ ਬਸ ਮੈਂ ਮਿਲਣੀ ਆਈ ਆ ਬਾਈ ਮੈਂ ਕਿਹਾ ਚੱਲ ਬਾਪੂ ਤੋਂ ਬਾਅਦ ਮੈਂ ਕਹਿ ਰਹੀ ਗਈ ਸੀ ਚੱਲ ਜਾ ਆ ਮਾਮਾ ਕਿਆ ਚਲ ਵਧੀਆ ਕਰਿਆ ਮਿਲ ਜੇਗੀ ਹਾਂ ਜਾਂਟਾ ਕਿੱਧਰ ਗਿਆ ਬਾਈ ਉਹ ਇੱਥੇ ਫਿਰਦਾ ਸੀ ਅੱਛਾ ਇੱਥੇ ਅੰਦਰ ਹੀ ਬੈਠਾ ਹੋਊ ਮਾਰ ਲਾ ਆਜ ਉਹਨੂੰ ਵੀ ਮਿਲ ਲੂਗਾ ਆ ਜੂਗਾ ਆ ਆਉਂਦਾ ਇਹਨੂੰ ਕਿਹੜਾ ਬਾਹਰ ਪਤਾ ਲੱਗਦਾ ਆ ਬਹਿ ਜਾਂਦਾ ਲਾ ਕੇ ਟੀਵੀ ਜਾਂ ਖਬਰਾਂ ਸੁਣੀ ਜਾਂਦਾ ਸਸਿਕਾ ਭੈਣੇ ਸਸਰੀਕਾਲ ਹੋਰ ਠੀਕ ਆ ਸਾਰੇ ਹੋਰ ਪੁੱਤ ਵਧੀਆ ਸਾਰੇ ਤੂੰ ਦੱਸ ਇਹ ਬੈਠੀਆ ਬੜਾਥੀ ਮਾਰੀ ਇਹ ਬਸ ਆਹੀ ਬੈਗੀ ਕਿਹਦਾ ਚਾਹ ਪਾਣੀ ਨਾ ਨਾ ਚਾਹ ਪਾਣੀ ਤਾਂ ਨਹੀਂ ਪੀਤਾ ਕੋਈ ਨਹੀਂ ਪੀ ਲਾਂਗੇ ਚਾਹ ਬਣਾਉਣੇ ਆ ਚਾਹ ਤਾਂ ਕੋਈ ਨਹੀਂ ਅੱਛਾ ਚਲ ਵਧੀਆ ਕੀਤਾ ਆ ਗਈ ਤੂੰ ਮਨ ਜਾ ਸਾਡਾ ਵੀ ਖਰਾਬ ਹੋਇਆ ਪਿਆ ਸੀ ਬਾਪੂ ਕਰਕੇ ਹੋਰ ਮੈਨੂੰ ਵੀ ਬਸ ਆਹੀ ਦਿਮਾਗ ਤੇ ਬੋਝ ਜਾ ਰਹਿੰਦਾਗਾ ਵੀ ਮੈਂ ਆਪ ਦਾ ਫਰਜ਼ ਨਿਭਾ ਦਿਆ ਮੈਂ ਭਾਈ ਆਪ ਦਾ ਫਰਜ਼ ਨਿਭਾਉਣ ਆਈ ਆ ਹੁਣ ਕਿਹੜਾ ਫਰਜ਼ ਭੈਣੇ ਮੈਂ ਤੁਹਾਡੇ ਨਾਲ ਜਿਹੜੀ ਮੇਰੇ ਨਾਲ ਜ਼ਮੀਨ ਚੜੀ ਸੀ ਨਾ ਉਹ ਤੁਹਾਡੇ ਦੋਨਾਂ ਭਰਾਵਾਂ ਦੇ ਨਾਂ ਕਰਵਾਉਣ ਆਈ ਆ ਨਹੀਂ ਨਹੀਂ ਭੈਣੇ ਹਰੇ ਬਾਪੂ ਦਾ ਸਿਵਾ ਤਾਂ ਠੰਡਾ ਨਹੀਂ ਹੋਇਆ ਐਡੇ ਜਿਹੀ ਜ਼ਮੀਨ ਕੀ ਤੇਰੇ ਨਾਲ ਪਿਆਰੀ ਆ ਸਾਨੂੰ ਕੋਈ ਨਹੀਂ ਭਾਈ ਇਹ ਤਾਂ ਤੁਹਾਡੇ ਕੋਈ ਆ ਮੇਰੇ ਕੋਲੇ ਸੀ ਜਾਂ ਬਾਪੂ ਕੋਲੇ ਸੀ ਇਹ ਤਾਂ ਤੁਹਾਡਾ ਹੱਕ ਹੈ ਤੇ ਤੁਹਾਨੂੰ ਹੀ ਦੇ ਕੇ ਜਾਊਂ ਮੈਂ ਉਹ ਨਹੀਂ ਨਹੀਂ ਸਾਡਾ ਹੱਕ ਨਹੀਂ ਇਹ ਆਪਣਾ ਤਿੰਨੇ ਭੈਣ ਭਰਾਵਾਂ ਦਾ ਹੱਕ ਹੀ ਆ ਸਾਰਾ ਨਾ ਭਾਈ ਜੇ ਮੈਂ ਆਪ ਦਾ ਹੱਕ ਲੈ ਗਈ ਨਾ ਮੈਂ ਵਰਤਨ ਜੋਗਰੀ ਨਹੀਂ ਰਹਿਣੀ ਮੈਂ ਤੁਹਾਨੂੰ ਦੋਨੇ ਭਰਾਵਾਂ ਨੂੰ ਜ਼ਮੀਨ ਅੱਧੋ ਅੱਧੀ ਦੇ ਕੇ ਤੇ ਮੈਂ ਤੁਹਾਡੇ ਨਾਲ ਵਰਤਣਾ ਚਾਹੁੰਦੀ ਆ ਮੈਂ ਟੁੱਟਣਾ ਨਹੀਂ ਚਾਹੁੰਦੀ ਤੁਹਾਡੇ ਨਾਲ ਕੋਈ ਨਹੀਂ ਭੈਣੇ ਬਾਹੀ ਤਾਂ ਅਸੀਂ ਜਾਣੇ ਆ ਤੂੰ ਕਿਹੜਾ ਨਾਲ ਲੈ ਜਾਏਂਗੀ ਇਹਨੂੰ ਚੱਕ ਕੇ ਇੱਥੋਂ ਉਹ ਤੇਰੇ ਨਾਂ ਕੀ ਤੇ ਸਾਡੇ ਨਾਂ ਕੀ ਜਦੋਂ ਬਾਉਣਾ ਬੀਜਣਾ ਹੀ ਅਸੀਂ ਆ ਤੂੰ ਤਾਂ ਭਾਈ ਇਹ ਗੱਲ ਕਹਿਤੀ ਪਰ ਮੇਰੇ ਦਿਮਾਗ ਤੇ ਪਤਾ ਕਿੰਨਾ ਬੋਝ ਰਹਿੰਦਾਗਾ ਵੀ ਮੇਰੇ ਭਰਾਵਾਂ ਦੀ ਚੀਜ਼ ਮੇਰੇ ਕੋਲੇ ਆ ਤੇ ਮੈਂ ਉਹਨਾਂ ਦੇ ਹੱਥ ਫੜਾਵਾਂ ਚਲੋ ਜਦੋਂ ਹੁਣ ਇਹ ਆ ਹੀ ਗਈ ਹੈਗੀ ਤੇ ਫਿਰ ਕਿੱਡੀ ਗੱਲ ਹੈਗੀ ਹੁਣ ਵੀ ਜ਼ਮੀਨ ਆਉਦੇ ਨਾ ਕਰਾਉਣੀ ਆ ਬਾਅਦ ਚ ਵੀ ਕਰਾਉਣੀ ਆ ਜੇ ਭੈਣ ਇੰਨਾ ਕਹੀ ਜਾਂਦੀ ਫਿਰ ਤੁਸੀਂ ਕਰਾ ਲਓ ਕਿਉਂ ਐਵੇਂ ਜਿੱਦੀ ਜਾਂਦੇ ਆ ਭੈਣ ਨਾਲ ਭੈਣ ਸਿਆਣੀ ਗੱਲ ਹੀ ਕਰਦੀ ਉਹ ਸਾਰਾ ਨਾ ਵੱਡੀ ਆਪਣੇ ਨਾਲੋਂ ਤੁਸੀਂ ਹੋ ਜਾਓ ਭਾਈ ਤਿਆਰ ਤੇ ਮੈਂ ਜ਼ਮੀਨ ਨਾ ਕਰਵਾ ਕੇ ਮੁੜੂੰਗੀ ਹੁਣ ਫਿਰ ਚਲ ਤੁਸੀਂ ਜਾਓ ਮੈਂ ਚਾਹ ਬਣਾ ਕੇ ਲਿਆਉਣੀ ਤੁਹਾਡੇ ਜਾ ਬਣਾ ਲੈ ਚਾਹ ਚਾ ਕੋਈ ਨਹੀਂ ਭੈਣੇ ਜੇ ਤੂੰ ਖੁਸ਼ ਬਾਕੀ ਮਨ ਨਹੀਂ ਮੰਨਦਾ ਸਾਡਾ ਤਾਂ ਇਹ ਕੰਮ ਕਰਨ ਨੂੰ ਛੋਟਾ ਮਨ ਨਹੀਂ ਮੰਨਦਾ ਮੇਰਾ ਮਨ ਤਾਂ ਮੰਨਿਆ ਨਾ ਤੁਸੀਂ ਕਿਹੜਾ ਮੈਂ ਇੱਥੋਂ ਖੋਨੇ ਹੋ ਮੈਂ ਆਪ ਦੇ ਆਪ ਤੁਹਾਨੂੰ ਤੁਹਾਡੀ ਜ਼ਮੀਨ ਫੜਾਉਣ ਆਈ ਆ ਤੁਹਾਡੀ ਜ਼ਮੀਨ ਆ ਭਾਈ ਤੁਸੀਂ ਆਪਦੇ ਨਾਂ ਕਾਗਜ਼ਾਂ ਤੇ ਚੜਾ ਲਓ ਬਸ ਉਹ ਨਹੀਂ ਭੈਣੇ ਅਸੀਂ ਤਾਂ ਐਂ ਕਹਿੰਦੇ ਆ ਵੀ ਇੱਕ ਤਾਂ ਤੂੰ ਨਰਮ ਘਰੇ ਵਿਆਹੀ ਗਈ ਉਦੋਂ ਹੈ ਦੂਜੀ ਗੱਲ ਵੀ ਤੇਰੇ ਕੱਲੀ ਕੱਲੀ ਕੁੜੀ ਆ ਫੇਰ ਨਾ ਕਹੀ ਵੀ ਮੇਰਾ ਗੱਲ ਵੱਢ ਲਿਆ ਮੇਰੇ ਭਰਾਵਾਂ ਨੇ ਜੇ ਬਾਈ ਮੈਂ ਨਰਮ ਘਰੇ ਵਿਆਹੀ ਗਈ ਤਾਂ ਮੇਰੇ ਕਰਮ ਸੀਗੇ ਨਾਲੇ ਆ ਮੇਰੀ ਜਵਾਕੜੀ ਤੁਹਾਨੂੰ ਕਿਹੜਾ ਦਪਿਆਰੀ ਐ ਹੈ ਤੁਹਾਡੀ ਵੀ ਤਾਂ ਕੁਛ ਲੱਗਦੀ ਐ ਇਹ ਮੈਂ ਉਹ ਗੱਲ ਨਹੀਂ ਚਿੱਤ ਚ ਰੱਖਦੀ ਵੀ ਮੈਂ ਸੋਥੋਂ ਲਿਜਾ ਕੇ ਤੇ ਆਪਦੀ ਜਵਾਕੜੀ ਨੂੰ ਦੇ ਦਿਆਂ ਉਹ ਨਹੀਂ ਤੇਰੇ ਚਿੱਤ ਚ ਹੈਗੀ ਪਰ ਇਹ ਵੀ ਇਹਦੇ ਕੰਮ ਆਊਗੀ ਜ਼ਮੀਨ ਅਸੀਂ ਤਾਂ ਕਹਿੰਦੇ ਸੀ ਵੀ ਰੱਖ ਨਾ ਨਾ ਜਾਂਟਿਆ ਤੁਹਾਡਾ ਹੱਕ ਖੋ ਕੇ ਨਹੀਂ ਮੈਂ ਆਪਦੀ ਧੀ ਨੂੰ ਦਿੰਦੀ ਉਹ ਇਹ ਕਿਹੜਾ ਭੈਣੇ ਦਪਿਆਰੀ ਆ ਸਾਨੂੰ ਇਹ ਵੀ ਸਾਡੀ ਕੁੜੀ ਆ ਜਿਹੜੇ ਸਾਡੇ ਜਵਾਕ ਆ ਉਹ ਜੀ ਇਹ ਆ ਬਸ ਜੇ ਤੁਸੀਂ ਇੰਨੀ ਗੱਲ ਸਮਝਦੇ ਹੋ ਫਿਰ ਮੈਨੂੰ ਆਖੋ ਨਾ ਫਿਰ ਮੈਂ ਜ਼ਮੀਨ ਅੱਜ ਤੁਹਾਡੇ ਨਾਂ ਕਰਵਾ ਕੇ ਜਾਊਂਗੀ ਮੈਨੂੰ ਕੋਈ ਫਿਕਰ ਨਹੀਂ ਵੀ ਸਵੇਰ ਨੂੰ ਮੈਂ ਆਪਦੀ ਧੀ ਵਿਆਹਣੀ ਆ ਤੇ ਤੁਸੀਂ ਇਹਦੇ ਸਿਰ ਤੇ ਹੱਥ
कोई फिकर ना कर तू तो नानक शक छड़ अस तो ब्याह ही इत्थे कर दांगे इहदा होर की है ले वेख ला तू कहना सी भाई अगे आई नी जमीन नी ना कराउंदे आ मेरियां दोनों भरजाइयां तां चंगे घर दियां घराने दियां जिहड़ा मेरी धी बारे इन्ना सोचदियां ते मैं क्यों ना सोचा थोड़ी जमीन बारे तू मैं तो डीकी आनी उन्होंने मैं तो चा चढ़िया पाया भी कदों आने तो खुशखबरी सुनाऊंगे भी जमीन ना चढ़ गई तेन तो चा चढ़िया पाया मैनू फिक्र लगे पाया आ जरा कुड़ी का पंज कट लिया तू ओहो फिक्र वाली केड़ी गल है आप लिखती लिख के दिता भी हाँ भी कुड़ी का विह अस इत करा जो नानक शक भरा मैं तो मुकर लगी मिनट लाई हाँ नानक शक तो उत्थे निबड़ जू कम जो उत्थे दो चार लख ला के निमेड़ देंगे जे इत्थे आके बह गई तो होर स्यापा पऊगा गल अपने आप दो लख भी नहीं लाते आप तेन वरतों ही हटा देंगे ला लेंगे कोई स्कीम तू फिक्र ना कर अच्छा मैं फिकर ना करा मैनू तेरे तो वध फिकर है तू मैनू जानदी नहीं कि मैं की शै आ नहीं वो तो मैनू पता है कि तू दिमाग ला ही लेगी कोई ना कोई स्कीम काढ़ ही लेगी तो फिर फिकर कादी तू जा मेरे वास्ते चाह बना के लेके आ आहो मैं तेरी नौकरानी आ चाह बना के लियाना कोई ना भैन तो हैगी आ जे बना दे चाह धरी पई आ चंगा जमीन है ना दोनों भरावां दे नां करवाती ते भैने तू सानू उदों क्यों नहीं दस्या ਵੀ ਤੂੰ ਇਹਨਾਂ ਦੇ ਦਬਾਅ ਥੱਲੇ ਆ ਕੇ ਜ਼ਮੀਨ ਸਾਡੇ ਨਾਂ ਕਰਾ ਕੇ ਗਈ ਆ ਵੀਰੇ ਜ਼ਮੀਨ ਤਾਂ ਤੁਹਾਡੀ ਸੀ ਮੈਂ ਜ਼ਮੀਨ ਕੀ ਕਰਨੀ ਸੀ ਮੈਂ ਤਾਂ ਆਪ ਵੀ ਜ਼ਮੀਨ ਤੁਹਾਡੇ ਨਾਂ ਹੀ ਕਰਵਾਉਣੀ ਸੀ ਮੈਂ ਕਿਹੜਾ ਇੱਥੇ ਲੈ ਕੇ ਆਉਣੀ ਸੀਗੀ ਤੁਹਾਡਾ ਹੀ ਸੀ ਸਭ ਕੁਛ ਇਹ ਗੱਲਾਂ ਤਾਂ ਛੱਡੋ ਤੁਸੀਂ ਜ਼ਮੀਨ ਤਾਂ ਨਾਲ ਵਾਉਣ ਵਾਲੀ ਲਵਾਤੀ ਪਰ ਤੁਸੀਂ ਮਿਲਣਾ ਵਰਤਣਾ ਕਿਉਂ ਛੱਡਿਆ ਇਹ ਵੀ ਤਾਂ ਦੱਸੋ ਉਦੋਂ ਥੋੜਾ ਟਾਈਮ ਬਾਅਦ ਪੁੱਤ ਤੇਰਾ ਫੁੱਫੜ ਬਿਮਾਰ ਹੋ ਗਿਆ ਤੇ ਮੈਂ ਇਹਨਾਂ ਕੋਲੇ ਮਦਦ ਲੈਣ ਗਈ ਮੰਮੀ ਮੰਮੀ ਹੁਣ ਮੇਰਾ ਬਾਪੂ ਠੀਕ ਹੋ ਜੂਗਾ ਮਾਮੇ ਕੇ ਪੈਸੇ ਦੇ ਦੇਣਗੇ ਹਾਂ ਪੁੱਤ ਤੂੰ ਕਾਹ ਤੋਂ ਫਿਕਰ ਕਰਦੀ ਆ ਦੇਣਗੇ ਮਾਮੇ ਕੇ ਦਿੰਦੇ ਕਿਉਂ ਨਹੀਂ ਪੈਸੇ ਵੀਰੇ ਭਾਬੀ ਕਿੱਧਰ ਵਾ ਗਏ ਸਾਰੇ ਜਾਂਟੇ ਭੈਣੇ ਤੂੰ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਕੀ ਗੱਲ ਹੋ ਗਈ ਪਰੇਸ਼ਾਨ ਜੀ ਲੱਗਦੀ ਆ ਬਹਿ ਜਾ ਜਾ ਹਰਪ੍ਰੀਤ ਦਾ ਡੈਡੀ ਬਾਲਾ ਬਿਮਾਰ ਹੈ ਤੇ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਤੇ ਮੈਂ ਪੈਸੇ ਲੈਣ ਆਈ ਆ ਉਹਦਾ ਆਪਰੇਸ਼ਨ ਹੋਣਾਗਾ ਲੈ ਚੰਗਾ ਪੜਦਾ ਸੀਗਾ ਉਹਨੂੰ ਕੀ ਹੋ ਗਿਆ ਇਹ ਜਾ ਹੋਣਾ ਕੀ ਆ ਦਾਰੂ ਤਾਂ ਇੰਨੀ ਪੀਂਦਾ ਸੀ ਇੰਨੇ ਨਸ਼ੇ ਕਰਦਾ ਸੀਗਾ ਹੋ ਗਿਆ ਉਹ ਕੁਛ ਹੁਣ ਆਪਰੇਸ਼ਨ ਨੂੰ ਥਾਂ ਕਰਤੀ ਇਹ ਚੱਕ ਕੇ ਮੂੰਹ ਪੇਕਿਆਂ ਨੂੰ ਆ ਗਈ ਲੈ ਇੱਥੇ ਨਾ ਆਵਾਂ ਛਿੰਦਰੇ ਹੋਰ ਮੈਂ ਕਿੱਧਰ ਜਾਵਾਂ ਤੁਹਾਡੀ ਆਸ ਹੈ ਮੈਨੂੰ ਵੀਰੇ ਹੋਰੇ ਕਿੱਥੇ ਹੈਗੇ ਲੈ ਹੁਣੇ ਵੀਰੇ ਹੋਰੇ ਨੂੰ ਭਾਲਦੀ ਆ ਵੀ ਉਹਨਾਂ ਕੋਲ ਕਰੂਗੀ ਜਾ ਕੇ ਸਕੀਮਾਂ ਉਹਨਾਂ ਤੋਂ ਲੈ ਕੇ ਜਾਊਗੀ ਪੈਸੇ ਪਤਾ ਨਹੀਂ ਉਹਨੂੰ ਕੁਛ ਹੋਇਆ ਕਿ ਨਹੀਂ ਹੋਇਆ ਇਹ ਤਾਂ ਜਾਣ ਕੇ ਲੁੱਟਣ ਦੀ ਮਾਰੀ ਆਈ ਆਪਾਂ ਨੂੰ ਇੱਥੇ ਗੱਲ ਸੁਣ ਭੈਣੇ ਸਾਡੇ ਕੋਲੇ ਹੈ ਨਹੀਂ ਪੈਸੇ ਪੂਸੇ ਨਾਲੇ ਤੇਰੇ ਵੀਰੇ ਹੋਰੇ ਤਾਂ ਖੇਤ ਗਏ ਵੇ ਨੇ ਕੱਲ ਨੂੰ ਆਉਣਾ ਉਹਨਾਂ ਤਾਂ ਰਾਤ ਦੀ ਪਾਣੀ ਦੀ ਵਾਰੀ ਆ ਗਈ ਮੰਮੀ ਬਣ ਕੇ ਦੇ ਦੇ ਪੈਸੇ ਮੇਰਾ ਡੈਡੀ ਬਾਲਾ ਬਿਮਾਰ ਆ ਆ ਵੇਖ ਲੈ ਸਿੰਦਰੇ ਆ ਕੁੜੀ ਨੂੰ ਵੀ ਸਿਖਾ ਕੇ ਲੈ ਕੇ ਆਈ ਹੈ ਵੀ ਕੀ ਪਤਾ ਇਹਦੇ ਕਹੇ ਦੇ ਪੈਸੇ ਦੇ ਦੇਣ ਐ ਮੰਗਦੀ ਬਣੀ ਫਿਰਦੀ ਆ ਹੈ ਨਹੀਂ ਸਾਡੇ ਕੋਲ ਪੈਸੇ ਪੂਸੇ ਸਹੀ ਗੱਲ ਹੈ ਤੇਰੀ ਭੈਣੇ ਨਾਲੇ ਮੇਰੀ ਗੱਲ ਸੁਣ ਭੈਣੇ ਜੇ ਤੂੰ ਨਾਮ ਲਵਾਤੀ ਸਾਡੇ ਜ਼ਮੀਨ ਤਾਂ ਸਾਡੇ ਗੱਲ ਤਾਂ ਨਹੀਂ ਪੈਣਾ ਹੁਣ ਜੇ ਤੁਸੀਂ ਬਿਮਾਰ ਠਮਾਰੋ ਉਹ ਤਾਂ ਤੁਸੀਂ ਆਪ ਹੀ ਕਰ ਸਕਦੇ ਹੋ ਕਿ ਉਹ ਵੀ ਹੁਣ ਅਸੀਂ ਕਰਗੇ ਤੂੰ ਤਾਂ ਜਮੀ ਹੱਦ ਲਾਤੀ ਜੇ ਤਾਂ ਮੇਰੇ ਪੁੱਤ ਹੁੰਦਾ ਛਿੰਦਰੇ ਤਾਂ ਆਪੇ ਕਿਵੇਂ ਨਾ ਕਿਵੇਂ ਹੱਲ ਕਰਦਾ ਹੁਣ ਮੈਂ ਤੁਹਾਡੇ ਕੋਲ ਹੀ ਆਉਣਾ ਹੋਰ ਮੈਂ ਕਿਹਦੇ ਘਰੇ ਜਾਵਾਂ ਪੈਸੇ ਮੰਗਣ ਵੇਖ ਭੈਣੇ ਜਿਹੜੀ ਜ਼ਮੀਨ ਤੂੰ ਨਾ ਕਰਾ ਦੇ ਨਾ ਉਹਦਾ ਸਾਨੂੰ ਇਹ ਹੈ ਵੀ ਨਾਨਕ ਸ਼ੱਕ ਦੇ ਪੈਸੇ ਜੇ ਲਵਾਉਣੇ ਆ ਤਾਂ ਠੀਕ ਹੈ ਤੇ ਨਹੀਂ ਸਾਡੇ ਕੋਲ ਹੈ ਨਹੀਂ ਕੁਛ ਵੀ ਬਸ ਤੁਸੀਂ ਇੱਕ ਵਾਰ ਵੀਰੇ ਵਰਗਿਆਂ ਨੂੰ ਤਾਂ ਬੁਲਾ ਲਓ ਕੋਈ ਲੋੜ ਨਹੀਂ ਹੈਗੀ ਵੀਰੇ ਵਰਗਿਆਂ ਨਾਲ ਗੱਲ ਕਰਨ ਦੀ ਹੁਣ ਉਹਦੇ ਕੋਲ ਜਾਣ ਕੇ ਰੋਣ ਲੱਗ ਜੀ ਵੀ ਉਹ ਦੇ ਦੇਣਗੇ ਪੈਸੇ ਆ ਢੰਗ ਕਰ ਕਰ ਤਾਂ ਲੈ ਕੇ ਜਾਂਦੀ ਅੱਗੇ ਬਹੁਤ ਲੁੱਟ ਲਿਆ ਹੁਣ ਨਹੀਂ ਅਸੀਂ ਲੁੱਟਣ ਦਿੰਦੇਗਾ ਤੈਨੂੰ ਇੱਕ ਵਾਰੀ ਕਹਿਤਾ ਬਸ ਵੀ ਸਾਡੇ ਕੋਲ ਹੈ ਨਹੀਂਗੇ ਨਾਲੇ ਉਹ ਤਾਂ ਸਵੇਰੇ ਆਉਣਗੇ ਤੈਨੂੰ ਦੱਸਿਆ ਪਾਣੀ ਦੀ ਵਾਰੀ ਤੇ ਗਏ ਵਨੇ ਮਿੰਦਰੇ ਮੈਂ ਬਾਲੀ ਵੱਡੀ ਆਸ ਲੈ ਕੇ ਆਈ ਸੀ ਤੁਹਾਡੇ ਕੋਲੇ ਤੈਨੂੰ ਆਪ ਨੂੰ ਪਤਾ ਵੀ ਸਾਡੇ ਡੰਡੀ ਜਿੰਨਾ ਕੋਈ ਕਮਾਉਣ ਵਾਲਾ ਨਹੀਂ ਉਹੀ ਬੰਦਾ ਸੀ ਉਹੀ ਬੰਜੇ ਤੇ ਪੈ ਗਿਆ ਮੇਰੀ ਜਵਾਕੀ ਦਾ ਕੀ ਬਣੂਗਾ ਨਾ ਅਸੀਂ ਤੇਰੀ ਕੁੜੀ ਦਾ ਠੇਕਾ ਨਹੀਂ ਲੈਤਾਗਾ ਤੇਰੇ ਬੰਦੇ ਨੂੰ ਸੋਚਣਾ ਚਾਹੀਦਾ ਸੀ ਉਹ ਤਾਂ ਘੱਟ ਦਾਰੂ ਪੀ ਲਿਆ ਕਰਦਾ ਐਨੇ ਨਹੀਂ ਸਾਥੋਂ ਪੂਰਨੇ ਪੂਰੇ ਜਾਂਦੇਗੇ ਆ ਗਈ ਤੂੰ ਤਾਂ ਮੂੰਹ ਚੱਕ ਕੇ ਡਰਾਮੇ ਕਰਦੀ ਐ ਭੈਣੇ ਡਰਾਮੇ ਨਹੀਂ ਨਹੀਂ ਛਿੱਦਰੇ ਮੈਂ ਕੋਈ ਡਰਾਮੇ ਨਹੀਂ ਕਰਦੀ ਨਹੀਂ ਭੈਣੇ ਨੂੰ ਖੜੀ ਕਰ ਤੈਨੂੰ ਬਾਹਰ ਕਰ ਐਵੇਂ ਜੇ ਉਹ ਆ ਗਏ ਹੋਰ ਸਿਆਪਾ ਹੋ ਖੜੀ ਹੋ ਜਾ ਹਾਂ ਚੱਲ ਭੈਣੇ ਐਦੂ ਮੜ ਕੇ ਆਈ ਨਾ ਇੱਥੇ ਤੈਨੂੰ ਦੱਸਦਾ ਇੱਥੇ ਮੈਂ ਛੱਡੋ ਮੇਰੀ ਮੰਮੀ ਨੂੰ ਛੱਡ ਚੁੱਪ ਕਰ ਇੱਕ ਵਾਰੀ ਮੇਰੇ ਵੀਰੇ ਨੂੰ ਤਾਂ ਲਾ ਦਿਓ ਮੇਰੀ ਗੱਲ ਸੁਣ ਲੈ ਭੈਣੇ ਜੇ ਇੱਥੇ ਮੁੜ ਕੇ ਘਰੇ ਆ ਗਈ ਤਾਂ ਆਪਦਾ ਹਿਸਾਬ ਲਾ ਲਈ ਆ ਤੇਰੇ ਭਰਾਵਾਂ ਦੇ ਜਵਾਕ ਰੋਲ ਜਾਣਗੇ ਨਾਲੇ ਰੋਲਣਗੇ ਤੇਰੇ ਭਰਾ ਤੇ ਉਹਨਾਂ ਕੋਲ ਜੇ ਭੰਕ ਵੀ ਲੱਗ ਗਈ ਗੱਲ ਦੀ
चुप करके तुर जा, दोबारा साडे घर पैर ना पाई इत्थे। चल नी गेट कर पा दो। ते मेरिया दोने भरजाइया ने मैनू धक्के मार के बाहर कढ़ता, ते मैनू कहने अज तो बाद जे तू साडे घरे बड़ी है तो तेरे भरावां दे घर उजड़ जाणगे, तेरे दोने भरावां नू असीं तलाक दे देंगियां दोनों जणियां, तो उन्हां दे जवाक रुल जाणगे, तो सोडी मारी ने पुत मैं चुप करके घर नू आ गई। भूआ तू साडे बारे इन्ना सोचदी सी? भैणे एड्डी वड्डी गल तू आदे दिल च लुको के रखी, ते इक वारी भी नहीं आए सोचा भी मैं आदे भरावां नाल तां दुख वंड लां। ਨਾਲੇ ਕਿੱਡੀ ਕੁ ਗੱਲ ਸੀ ਆ 40-50 ਹਜ਼ਾਰ ਰੁਪਏ ਦੀ, ਹੈਂ? ਮੈਂ ਤਾਂ ਇਸ ਗੱਲ 'ਤੇ ਸ਼ਰਮਿੰਦਾ ਹੁੰਦਾ ਵੀ ਇਹ ਸਾਨੂੰ ਪਤਾ ਹੁੰਦਾ ਗੱਲ ਦਾ, ਅਤੇ ਨਾਲੇ ਅੱਜ ਆ ਬਾਈ ਵੀ ਜਿਉਂਦਾ ਹੁੰਦਾ, ਉਹਨੂੰ ਨਹੀਂ ਕੁਛ ਹੋਣਾ ਸੀ।